ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ। ਵਿਆਹ ਨਾਲ ਸਾਨੂੰ ਕੋਈ ਅਜਿਹਾ ਮਿਲ ਜਾਂਦਾ ਹੈ ਜਿਸ ਨੂੰ ਅਸੀਂ ਆਪਣੀਆਂ ਖੁਸ਼ੀਆਂ ਦੀ ਵਧਾਈ ਅਤੇ ਘਾਟਾਂ ਦੇ ਦੋਸ਼ ਦਿੰਦੇ ਰਹਿੰਦੇ ਹਾਂ। ਕੁਦਰਤ ਆਪਣੇ ਕਿੱਤੇ ਦਿੱਤੇ ਨੂੰ ਕਦੇ ਜਤਲਾਉਂਦੀ ਨਹੀਂ ਅਤੇ ਮਨੁੱਖ ਆਪਣੇ ਦਿੱਤੇ ਕਿੱਤੇ ਨੂੰ ਕਦੇ ਭੁੱਲਦਾ ਨਹੀਂ। ਜਿਸ ਹਾਲਤ ਵਿੱਚ ਅਸੀਂ ਝੂਠ ਬੋਲਿਆ ਸੀ ਉਸ ਹਾਲਤ ਵਿੱਚ ਕਿਸੇ ਦੇ ਸੱਚ ਬੋਲਣ 'ਤੇ ਸਮਝ ਨਹੀਂ ਆਉਂਦੀ ਕਿ ਉਹ ਮੂਰਖ ਹੈ ਜਾਂ ਅਸੀਂ ਮੂਰਖ ਸਾਂ। ਪੁਰਾਣੇ ਜ਼ਮਾਨੇ ਵਿੱਚ ਜਦੋਂ ਅਧਿਆਪਕ ਕਹਿੰਦਾ ਸੀ ਖੂਹ ਵਿੱਚ ਛਾਲ ਮਾਰੋ ਤਾਂ ਵਿਦਿਆਰਥੀ ਹੁਣ ਵਾਂਗ ਇਹ ਨਹੀਂ ਸੀ ਪੁੱਛਦੇ ਕਿਉਂ, ਸਗੋਂ ਇਹ ਪੁੱਛਦੇ ਸਨ ਕਿ ਖੂਹ ਵਿੱਚੋਂ ਬਾਹਰ ਆ ਕੇ ਕੀ ਕਰਨਾ ਹੈ। ਸਾਡੀ ਹਾਜ਼ਰੀ ਵਿੱਚ ਸਾਡਾ ਭਲਾ ਸੋਚਣ ਵਾਲੇ ਅਨੇਕਾਂ ਹੋਣਗੇ। ਦੋਸਤ ਉਹ ਹੁੰਦਾ ਹੈ ਜਿਹੜਾ ਸਾਡੀ ਗੈਰ ਹਾਜ਼ਰੀ ਵਿੱਚ ਵੀ ਸਾਡਾ ਭਲਾ ਸੋਚੇ। ਵੱਡੇ ਰਾਹਗੀਰ ਪਿੱਛੇ ਮੁੜ ਮੁੜ ਕੇ ਆਪਣੀਆਂ ਪੈੜਾਂ ਨਹੀਂ ਵੇਖਦੇ। ਇੱਕ ਦੂਜੇ ਦੀ ਨਜ਼ਰ ਵਿੱਚ ਪ੍ਰਵਾਨ ਹੋਣ ਲਈ ਪ੍ਰੇਮੀ ਪ੍ਰੇਮਿਕਾ ਆਪਣੇ ਆਪ ਨੂੰ ਨਿਰੰਤਰ ਤਰਾਸਦੇ ਮਾਂਜਦੇ ਰਹਿੰਦੇ ਹਨ। ਸਵੇਰ ਨੂੰ ਤਾਂ ਹੀ ਮਾਣਿਆ ਜਾ ਸਕਦਾ ਹੈ ਜੇ ਜਾਗਦੇ ਹੋਈਏ। ਹੀਰ ਨੂੰ ਅਮਰ ਕਰਕੇ ਵਾਰਿਸ ਆਪ ਪ੍ਰਸਿੱਧ ਹੋ ਗਿਆ ਸੀ। ਬੀਜ ਤੋਂ ਦਰਖਤ ਅਤੇ ਦਰਖਤ ਤੋਂ ਬੀਜ ਬਣਦਾ ਵੇਖਣ ਨਾਲ ਹੀ ਮਨੁੱਖ ਨੂੰ ਪੁਨਰ ਜਨਮ ਦਾ ਵਿਚਾਰ ਸੁੱਝਿਆ ਹੋਵੇਗਾ। ਆਪਣੀ ਅੰਤਿਮ ਅਰਦਾਸ ਦੇ ਭੋਗ ਵਾਲੇ ਕਾਰਡ 'ਤੇ ਤੁਸੀਂ ਜੋ ਛਪਵਾਉਣਾ ਪਸੰਦ ਕਰੋਗੇ ਉਸ ਨੂੰ ਧਿਆਨ ਵਿੱਚ ਰੱਖ ਕੇ ਜ਼ਿੰਦਗੀ ਜੀਵੋ। ਵਿਆਸ ਨੇ ਦੇਵਤਿਆਂ ਬਾਰੇ ਲਿਖਿਆ ਹੈ ਅਤੇ ਉਹ ਆਪ ਵੀ ਦੇਵਤਿਆਂ ਵਾਂਗ ਪੂਜਿਆ ਗਿਆ ਹੈ। ਪਰਮਾਤਮਾ ਮਨੁੱਖ ਦੇ ਰੂਪ ਵਿੱਚ ਜਨਮ ਲੈਂਦਾ ਹੈ ਤਾਂ ਕਿ ਮਨੁੱਖ ਪਰਮਾਤਮਾ ਬਣ ਸਕੇ। ਜਿਹੜੇ ਲੋਕਾਂ ਦੇ ਦੁੱਖ ਦੂਰ ਕਰਦਾ ਹੈ ਉਹ ਰੱਬ ਹੁੰਦਾ ਹੈ। ਜਿਹੜਾ ਲੋਕਾਂ ਦੇ ਦੁੱਖ ਦੂਰ ਕਰਦਾ ਹੈ ਉਹ ਰੱਬ ਹੁੰਦਾ ਹੈ। ਕਦਰਾਂ ਕੀਮਤਾਂ ਦੇ ਉੱਚੇ ਨੀਵੇਂ ਹੋਣ ਦੇ ਅਨੁਪਾਤ ਵਿੱਚ ਹੀ ਅਸੀਂ ਸੁਖੀ ਦੁਖੀ ਹੁੰਦੇ ਰਹਿੰਦੇ ਹਾਂ। ਪ੍ਰੇਮੀ ਪ੍ਰੇਮਿਕਾ ਇੱਕ ਦੂਜੇ ਲਈ ਰਿਸ਼ਤੇਦਾਰ ਨਾਲੋਂ ਵੀ ਵੱਡਾ ਸਾਕ ਬਣ ਜਾਂਦੇ ਹਨ। ਇਸ ਧਰਤੀ ਉੱਤੇ ਮਨੁੱਖ ਹੀ ਇੱਕ ਅਜਿਹਾ ਜੀਵ ਹੈ ਜਿਸ ਲਈ ਉਸਦਾ ਆਪਣਾ ਜੀਵਨ ਹੀ ਸਮੱਸਿਆ ਹੈ। ਅਜੋਕਾ ਮਨੁੱਖ ਕਹਿੰਦਾ ਹੈ ਕਿ ਮੈਨੂੰ ਭਾਵੇਂ ਇੱਕ ਦਰਜਨ ਬਿਮਾਰੀਆਂ ਹਨ ਪਰ ਮੈਂ ਪੂਰੀ ਤਰ੍ਹਾਂ ਠੀਕ ਹਾਂ। ਆਸ਼ਾਵਾਦੀ ਹਰ ਮੁਸੀਬਤ ਵਿੱਚ ਅਵਸਰ ਵੇਖਦਾ ਹੈ, ਨਿਰਾਸ਼ਾਵਾਦੀ ਨੂੰ ਹਰ ਅਵਸਰ ਮੁਸੀਬਤ ਲੱਗਦਾ ਹੈ। ਮੁਆਫ਼ੀ ਮੰਗਣੀ ਪਛੜ ਕੇ ਪ੍ਰਗਟਾਈ ਨਿਮਰਤਾ ਹੁੰਦੀ ਹੈ। ਚਰਿੱਤਰਵਾਨ ਵਿਅਕਤੀ ਆਪਣੇ ਨਾਂ ਨੂੰ ਮੈਲਾ ਨਹੀਂ ਹੋਣ ਦਿੰਦੇ। ਕਵਿਤਾ ਵਿੱਚ ਕਵੀ ਨਹੀਂ ਉਸਦਾ ਦਰਦ ਬੋਲਦਾ ਹੈ। ਤਾਰੇ ਵੀ ਇੱਕ ਦੂਜੇ ਨੂੰ ਸਹਿਣ ਤਾਂ ਕਰਦੇ ਹਨ, ਵੇਖਣ ਵਾਲੀ ਅੱਖ ਚਾਹੀਦੀ ਹੈ। ਖੁੱਲ੍ਹੇ ਅਤੇ ਬੰਦ ਦਰਵਾਜ਼ਿਆਂ ਦਾ ਜਿਤਨਾ ਗਿਆਨ ਮੰਗਤਿਆਂ ਨੂੰ ਹੁੰਦਾ ਹੈ ਉਤਨਾ ਕਿਸੇ ਨੂੰ ਨਹੀਂ ਹੁੰਦਾ। ਡਰਿਆ ਹੋਇਆ ਮਨੁੱਖ ਕੁਝ ਵੀ ਨਹੀਂ ਸਿੱਖ ਸਕਦਾ। ਨਾਨਕ ਦੀ ਬਾਣੀ ਵਿੱਚ ਕਰਾਮਾਤ ਸ਼ਬਦ ਦੀ ਹੈ, ਜਾਦੂ ਰਬਾਬ ਦਾ ਹੈ। ਕਵੀਆਂ ਕੋਲ ਚੁੱਪ ਵਿੱਚ ਵੀ ਗੂੰਜ ਉਪਜਾਉਣ ਦੀ ਯੋਗਤਾ ਹੁੰਦੀ ਹੈ। ਪ੍ਰੇਮੀ ਪ੍ਰੇਮਿਕਾ ਨੂੰ ਇੰਝ ਸਾਂਭ ਸਾਂਭ ਰੱਖਦਾ ਹੈ ਜਿਵੇਂ ਫੁੱਲ ਖੁਸ਼ਬੂ ਨੂੰ ਸਾਂਭਦਾ ਹੈ। ਕਵਿਤਾ ਵਿੱਚ ਸ਼ਬਦਾਂ ਨੇ ਘੁੰਡ ਕੱਢਿਆ ਹੁੰਦਾ ਹੈ। ਡੂੰਘੀ ਲਿਖਤ ਪਾਠਕ ਦੀ ਸ਼ਖਸੀਅਤ ਨੂੰ ਨਿਖਾਰਦੀ ਅਤੇ ਵਿਸ਼ਾਲ ਕਰਦੀ ਹੈ। ਜਦੋਂ ਅੱਖਾਂ ਕਿਸੇ ਨੂੰ ਨਿਹਾਰਦੀਆਂ ਹਨ ਤਾਂ ਦਿਲ ਉਸ ਦੀ ਫੋਟੋ ਲਾ ਲੈਂਦਾ ਹੈ। ਪੜ੍ਹਨ ਨਾਲ ਅਸੀਂ ਸਮਝਣ ਅਤੇ ਬੋਲਣ ਦਾ ਹੁਨਰ ਸਿੱਖ ਜਾਂਦੇ ਹਾਂ। ਕੋਈ ਵੀ ਮਹਾਨ ਰਚਨਾ ਇੱਕ ਹੀ ਪੜਤ ਵਿੱਚ ਸਾਰੇ ਅਰਥ ਨਹੀਂ ਦਿੰਦੀ। ਹਰ ਪਤੀ ਆਪਣੇ ਆਪ ਨੂੰ ਅਰਬਪਤੀ ਸਮਝਦਾ ਹੈ ਕਿਉਂਕਿ ਉਸਦੀ ਪਤਨੀ ਅਰਬਾਂ ਵਿੱਚੋਂ ਇੱਕ ਹੁੰਦੀ ਹੈ। ਪੁਸਤਕਾਂ ਰਾਹੀਂ ਜਦੋਂ ਅਸੀਂ ਮਹਾਨ ਲੇਖਕਾਂ ਦੇ ਸਨਮੁੱਖ ਹੋਣਾ ਸਿੱਖ ਲੈਂਦੇ ਹਾਂ ਤਾਂ ਲੋਕ ਸਾਡੇ ਸਨਮੁੱਖ ਹੋਣ ਦਾ ਹੁਨਰ ਸਿੱਖ ਲੈਂਦੇ ਹਨ।
अपने अंदाज नाल गा के कही अपने दिल की गल नूं गजल कहिंदे हन। जवानी एक रुत हुंदी है जदों असीं अपने आप नूं गीत सुनांदे हाँ। महान पुस्तकां प्रति सत्कार प्रगटाए बिना उन्हां नूं समझा नहीं जा सकता। शब्दां दी रसधारा विच कल्पना दा गंगा इशनान कविता कहाउंदा है। हौसला उस हालत नूं कहिंदे हन जदों कोई कदम चुकदिआं सिट्टिआं दा पता ना होवे पर विश्वास होवे कि सब ठीक होवेगा। प्रेमियां नूं तोहमतां दी धुप नहीं लगदी क्योंकि उन्हां कोल इक दूजे दी गलवकड़ी दी छां हुंदी है। कईआं दे सारे सुपने सतमाहे हुंदे हन। महबूब होण विच इक दर्द हुंदा है, इह दर्द ही आनंद दिंदा है। प्रेमी अक्सर झखड़ वांग आ के लंघ जांदा है अते प्रेमिका निमाणी बेरी वांग खलोती वेखदी रहिंदी है। हवाई किले इस लई हवाई किले कहे जांदे हन क्योंकि असीं उन्हां दीआं बुनियादां उसारनीआं भुल जांदे हाँ। दोहां धिरां दी कमजोरी उन्हां नूं लड़ाई लई मजबूर करदी रहिंदी है। इस्त्री दा सन्मान वधण नाल परमपरक पुरश नूं तोखला हो जांदा है कि शायद उस दी शान घट रही है। कई बंदे दूजियां लई कदी लिफ्ट बनदे हन कदे पौड़ी। कोई भी इस्त्री उतनी सुंदर नहीं हुंदी जितनी सुंदर वह अपने प्रेमी नूं दिसदी है। बहुते बंदे अकल नालों वधेरे उम्र कमाउंदे हन। जिंदगी नूं असीं जवानी विच दूरबीन नाल अते बुढ़ापे विच खुरदबीन नाल वेखदे हाँ। खुशहाल समाज दे हरेक व्यक्ति कोल कोई ना कोई उसारू जिम्मेवारी हुंदी है। आम लोकां नालों वधेरे कोमल भावी होए बिना कोई कलाकार नहीं बन सकदा। 21वीं सदी विच हर सदी दे बंदे हाजर हन। भविख किसे धिर लई राखवां नहीं हुंदा, जिहड़ा इस नूं जित लवे इह उसे दा हो जांदा है। नशई समें नालों टुट्टा होया हार नाल जुड़िया होया खाली अखाड़े दा पहलवान हुंदा है। किस्मत विच विश्वास करन वाले सफलता दी उड़ीक विच हारदे रहिंदे हन। खुशहाल परिवार अते खुशहाल समाज दे हर जी कोल वखरा अते नवेकला आदर्श हुंदा है। कईआं दी सोच विच बीत चुके ने इतनी थां मल्ली हुंदी है कि उत्थे वर्तमान जां भविख लई थां ही नहीं बन बचदी। जिहड़े इक वारी हौसला विखाउंदे हन उन्हां नूं आप भी पता नहीं हुंदा कि अगली चुनौती विच उह हौसला विखा सकणगे कि नहीं। कई मापे अपने बच्चों नालों भी वध बच्चे हुंदे हन। सारियां रुकावटां अते पाबंदियां दे बावजूद मनुख अपने जीवन मनोरथ की चोण करन लई सुतंत्र है। लम्मी बीमारी पिछों मरना मरण वाले अते पिछे रह जाण वाले सारिआं लई सुखदाई हुंदा है। अतीत नूं तां रब भी नहीं बदल सकदा। मनुखां दा सुभाव इको जिहा हुंदा है पर उन्हां दीआं आदतां वक्खरियां वक्खरियां हुंदियां हन। घर विचले टैलीविजन उत्ते उह लोक साडा मनोरंजन करदे हन जिन्हां नूं असीं घर अंदर आउण दी आग्या नहीं देवांगे। ਜਿਹੜੇ ਆਪਣੇ ਵਕਤ ਦੀ ਦੁਰਵਰਤੋਂ ਕਰਦੇ ਹਨ ਉਹੀ ਸਮੇਂ ਦੇ ਘੱਟ ਹੋਣ ਦੀ ਸ਼ਿਕਾਇਤ ਕਰਦੇ ਹਨ। ਯਾਤਰਾ ਸਾਨੂੰ ਵਖਰੇਵਿਆਂ ਨੂੰ ਖਿੜੇ ਮੱਥੇ ਸਵੀਕਾਰ ਕਰਨ ਦਾ ਸਲੀਕਾ ਸਿਖਾਉਂਦੀ ਹੈ। ਘੱਟ ਤੋਂ ਘੱਟ ਸਮਾਨ ਨਾਲ ਯਾਤਰਾ ਕਰੋ, ਇਵੇਂ ਤੁਸੀਂ ਚੋਰਾਂ ਨਾਲ ਵੀ ਮਖੌਲ ਕਰ ਸਕੋਗੇ। ਕਿਸੇ ਤੋਂ ਬਦਲਾ ਲੈਣ ਦੀ ਤਸੱਲੀ ਇੱਕ ਦਿਨ ਹੀ ਹੁੰਦੀ ਹੈ ਪਰ ਉਸਨੂੰ ਮੁਆਫ ਕਰਨ ਦਾ ਮਾਣ ਸਦਾ ਰਹਿੰਦਾ ਹੈ। ਕੋਈ ਵੀ ਸਾਹਿਤਕਾਰ ਸਿਖਰ ਨਹੀਂ ਛੂੰਹਦਾ ਕਿਉਂਕਿ ਸਾਹਿਤ ਵਿੱਚ ਕੋਈ ਸਿਖਰ ਹੁੰਦੀ ਹੀ ਨਹੀਂ। ਕਿਸੇ ਵੀ ਕੰਮ ਨੂੰ ਕਰਨ ਦਾ ਸੌਖਾ ਢੰਗ ਅਕਸਰ ਗਲਤ ਹੁੰਦਾ ਹੈ।
गुस्से नाल कीता काम दोबारा ही नहीं कई बार करना पैंदा है। हर वरे जे एक भैड़ी आदत छड़न दा प्रण पूरा किया जाए तो चार पांच साल ही बंदा होरां लई उदाहरण बन जाता है। पैसे कमाउण लई पैसे खर्चने पैणगे। मकड़ियां सोचदियां हन मनुख भी कितने मूर्ख हन, इतनियां सोहणियां छत्तां बना के तुरदे फर्श उत्ते हन, जिहड़े केवल अपने हक्कां प्रति ही सुचेत हुंदे हन उन्हां विच चज अचार नहीं हुंदा। भाईवाली विच अक्सर इक धिर घोड़ा बनदी है अते दूजी धिर घोड़ सवार। वहन दी मौज चलदे पाणियां कोल हुंदी है, खलोते पाणियां कोल नहीं। शायर आदतन ही बागी हुंदे हन। प्रेमियां विचकार हवा दी कंध हुंदी है जिस दे बनेरियां ते कई अफवाहां बैठियां हुंदियां हन। इकले व्यक्ति लई संगीत एक चंगा साथी हुंदा है। गद्दार इको वेले समझौते अते बगावतां करदे रहिंदे हन। जे ज्ञान नूं अमल विच ना लिआंदा जावे तां ज्ञान सराप बन जांदा है। सोच नूं उदों ही शक्ति मिलदी है जदों कोई समस्या उपजदी है। कई व्यक्ति समागम तों विदा हो के समागम दी रौनक बधा दिंदे हन। बच्चे नूं हथौड़ी दे दिओ उस लई हर चीज़ मेख बन जावेगी। हिसाब किताब करदियां काहल बड़ी महंगी पैंदी है। जिहड़ा व्यक्ति निगरानी तों बिना कम करदा है उस नूं होरां ते निगरान ला दित्ता जांदा है। किसी होर दे तजर्बे नाल ऐसी सियाने नहीं हो सकते। नवीं काढ़ां उत्थे ही निकलदियां हन जिथे गलतियां करन दी खुल हुंदी है। जिहड़ा व्यापार नवीं तकनीकां नहीं अपनाउंदा उह व्यापार नहीं रहिंदा। सरकारी कर्मचारी उदों ही परिवर्तन दे पक्ष विच हुंदे हन जदों उहनां नूं परिवर्तन दा लाभ हुंदा होवे। जदों किसी नूं शाबाश दित्ती जांदी है तां उसदी रीढ़ दी हड्डी सिद्धी हो जांदी है। जिहड़े मुश्किल समस्यावां नूं पहलां निजिठदे हन उहनां दीआं बाकी समस्यावां आपे हल हो जांदीआं हन। सदा गिल्ली रहिण करके जीभ दे तिलकण दा डर निरंतर बणिआ रहिंदा है। डॉक्टर अते वकील साडियां परेशानियां तों लाभ उठाउंदे हन। सच बोलना किसी भी जमाने दा प्रचलित रिवाज नहीं रहा। खुंडे लोग बड़े तिखे बोल बोलदे हन। लायक खुश रहने अते निपुण लोकां दी गिनती लोड़ नालों हमेशा घट हुंदी है। सुपनिआं दी दुनिया विच कुछ भी असंभव नहीं हुंदा। टैलीफोन दी काढ़ समय नूं बचाउण लई निकली सी पर कई अपना समां टैलीफोन राहीं ही बर्बाद करदे हन। बहुते लोग किताबां वेखण दे चाहवान हुंदे हन पढ़न दे नहीं। हवाई किले उसारण अते असली काम करन विच इको जितनी ताकत लगदी है। प्रेम वांग किरणा भी एक सर्व व्यापक अते सदीवी वरतारा है। वहम कमजोर दिमाग दा यथार्थ हुंदा है। नास्तक भावें परमात्मा नूं ना मनदे होण पर उसदे नां अते उसदी मानता तों ओह भी जाणू हुंदे हन। खेडां इस लई हरमन प्यारियां हुंदियां हन क्योंकि इस खेतर विच मुकाबला सिद्धा अते जित हार पूर्ण भांत स्पष्ट हुंदी है। जिहड़ा धर्म मनुख नूं समाजिक जीवन तों बेमुख करदा है लोग उस धर्म तों बेमुख हो जांदे हन। बहादुरी बाहवां उलारन दा नां नहीं मुश्किल वेले जबत विखाउण दी दिलेरी हुंदी है। मुसीबत उस हालत नूं कहिंदे हन जदों असीं कर कुछ होर रहे हुंदे हाँ अते बिल्कुल वखरा कुछ होर करन दी मजबूरी आण बनदी है। हरेक व्यक्ति दा सच उसदे अपने अनुभव विच गुन्निआ हुंदा है। असीं निराश उदों हुंदे हाँ जदों कुछ लैण जांदे हाँ
जे कुछ देन ही जावांगे तो हर बार प्रसन्नता होवेगी। मंदिर विच केवल सजरे फुल ही चढ़ते हैं। दूजे विच दिलचस्पी लैण नाल अपने दुख घट जाते हैं। जे मानव जाति ने ठीक अते चंगियां चीज़ां की कामना की हुंदी तो हुण तक सारियां मिल गई होनियां सन। शर्म औरत का गहना है। जिस दिन औरत यह गहना त्याग दिंदी है उस दिन वह हर किसी लिए बदसूरत हो जाती है। घर विच बेदिली नाल बनाए पकवान अनेकां नूं बाहर खाण लई मजबूर कर दिंदे हन। किसी अखबार का हुण चंगा संपादक वह मन्या जाता है जो गिरी नूं छिलके तो वखरा करे अते छिलके नूं गिरी दे सिरलेख थले छापे। किसी इस्त्री दी सही उम्र उसकी दराणी जां जठाणी ही दस सकती है। रिश्तेदारां नूं रवाना करन लग्गिआं उहनां दे जाण दी खुशी छुपाउणी लगभग असंभव हो जाती है। गरीब होण दा लाभ इह हुंदा है कि बीमार होण दी हालत विच डाक्टर इलाज नूं लमकाउंदा नहीं। जदों कोई राजसी नेता तुहानूं पछाणन लग पवे तां समझो चोणां नेड़े हन। मनुख ने अकल वरत के मूर्खता दे वन सुवन्ने रूप सिरजे हन। जे पत्नी सो रही होवे तां पति समझदा है कि मेरा ही सुपना वेख रही होवेगी। शराब पीण वाला अपने आप नाल प्रसन्न हो जाता है पर परिवार विच बाकी सारे उस नाल नाराज हो जाते हैं। कई फिल्मां वेखण योग तां हुंदियां हन पर सिनेमे जा के जा टिकट खरीद के वेखण योग नहीं हुंदियां। मनुख जदों चुप रहण दा सुनहरी मौका गवा लैंदा है तां फिर बोल बोल के पछतावा करदा है। प्रेमिका दी मुस्कुराहट विच निघे भविख दा वादा हुंदा है। धन्नवाद करना असल विच वडेरी मेहरबानी लई बेनती हुंदा है। अजिहियां इस्त्रियां ते पुरश अक्सर मिल जाणगे जिन्हां नूं किसे नाल प्यार नहीं होया पर अजिहे नहीं मिलणगे जिन्हां नूं केवल इक नाल प्यार होया होवे। चापलूसी तों तंग आउण वाले चापलूसी तों नहीं चापलूसां जां चापलूसी दे ढंग तों परेशान हुंदे हन। ਅਸੀਂ ਉਹਨਾਂ ਨੂੰ ਹੀ ਸਿਆਣੇ ਸਮਝਦੇ ਹਾਂ ਜਿਹੜੇ ਸਾਡੇ ਨਾਲ ਸਹਿਮਤ ਹੁੰਦੇ ਹਨ। ਚੋਹਲ ਮਾਹੌਲ ਤਿੱਖੀ ਬੁੱਧੀ ਵਾਲੇ ਕਰਦੇ ਹਨ ਅਤੇ ਚੋਹਲ ਮਾਹੌਲ ਨਾਲ ਬੁੱਧੀ ਤਿੱਖੀ ਹੋ ਜਾਂਦੀ ਹੈ। ਯੂਨੀਵਰਸਿਟੀ ਵਿੱਚ ਆਉਣ ਵਾਲੇ ਵਿਦਿਆਰਥੀ ਨਵੇਂ ਨਵੇਂ ਵਿਚਾਰ ਲੈ ਕੇ ਆਉਂਦੇ ਹਨ ਅਤੇ ਜਾਣ ਵਾਲੇ ਆਪਣੇ ਸਾਰੇ ਵਿਚਾਰ ਪਿੱਛੇ ਛੱਡ ਜਾਂਦੇ ਹਨ। ਇਵੇਂ ਯੂਨੀਵਰਸਿਟੀ ਵਿੱਚ ਗਿਆਨ ਇਕੱਠਾ ਹੁੰਦਾ ਰਹਿੰਦਾ ਹੈ। ਅਧਖੜ ਉਮਰ ਉਸ ਨੂੰ ਕਹਿੰਦੇ ਹਨ ਜਦੋਂ ਕੋਈ ਤੰਗ ਕੱਪੜਿਆਂ ਨੂੰ ਇਹ ਸੋਚ ਕੇ ਸਾਂਭਣ ਲੱਗ ਪਵੇ ਕਿ ਉਹ ਪਤਲਾ ਹੋ ਕੇ ਇਹਨਾਂ ਨੂੰ ਪਹਿਨੇਗਾ। ਜੇ ਪੁਸਤਕਾਂ ਵਿੱਚ ਸਮਾਜ ਨੂੰ ਬਦਲਣ ਦੀ ਸ਼ਕਤੀ ਹੁੰਦੀ ਤਾਂ ਸਮਾਜ ਨੇ ਨਿਰੰਤਰ ਬਦਲਦੇ ਰਹਿਣਾ ਸੀ ਅਤੇ ਹੁਣ ਤੱਕ ਕਈ ਵਾਰ ਬਦਲ ਚੁੱਕੇ ਹੋਣਾ ਸੀ। ਚੋਣਾਂ ਵੇਲੇ ਫੈਸਲਾ ਇਹ ਕਰਨਾ ਹੁੰਦਾ ਹੈ ਕਿ ਵੋਟ ਧੋਖੇਬਾਜ਼ ਨੂੰ ਪਾਉਣੀ ਹੈ ਕਿ ਬੇਈਮਾਨ ਨੂੰ। ਉਂਝ ਦੋਹਾਂ ਦਾ ਅਰਥ ਇੱਕ ਹੀ ਹੈ। ਇਸਤਰੀ ਬਾਰੇ ਪੁਰਸ਼ ਸੋਚਦਾ 40 ਤੋਂ ਮਗਰੋਂ ਹੀ ਹੈ। ਪਹਿਲਾਂ ਉਹ ਮਹਿਸੂਸ ਹੀ ਕਰਦਾ ਹੈ। ਅਨੇਕਾਂ ਵਿਦਿਆਰਥੀਆਂ ਨੂੰ ਸਭ ਤੋਂ ਸੁਖਾਵੀ ਨੀਂਦਰ ਕਲਾਸ ਵਿੱਚ ਹੀ ਆਉਂਦੀ ਹੈ। ਇਸਤਰੀ ਉਤਨੀ ਹੀ ਸਿਆਣੀ ਹੁੰਦੀ ਹੈ ਜਿਤਨੀ ਸਿਆਣੀ ਸਮਝਣ ਦੀ ਪੁਰਸ਼ ਸਿਆਣਪ ਵਿਖਾਉਂਦਾ ਹੈ। ਸੰਜਮੀ ਉਹ ਹੈ ਜਿਹੜਾ ਇਕੱਲਾ ਹੋਣ ਦੇ ਬਾਵਜੂਦ ਬਦਾਮਾਂ ਦੀ ਭਰੀ ਪਲੇਟ ਵਿੱਚੋਂ ਕੇਵਲ ਇੱਕ ਹੀ ਬਦਾਮ ਲਵੇ। ਵਿਕਾਸ ਕਰਨ ਲਈ ਕੰਮ ਨੂੰ ਲਿਬੜੇ ਹੱਥਾਂ ਅਤੇ ਸਾਫ਼ ਦਿਮਾਗਾਂ ਦੀ ਲੋੜ ਹੁੰਦੀ ਹੈ। ਅਜੋਕੇ ਪ੍ਰੇਮੀ ਪ੍ਰੇਮਿਕਾ ਮਿਲਣ ਵੇਲੇ ਇੱਕ ਦੂਜੇ ਦਾ ਚਿਹਰਾ ਨਿਹਾਰਨ ਦੀ ਥਾਂ ਇੱਕ ਦੂਜੇ ਦਾ ਮੋਬਾਈਲ ਫੋਨ ਹੀ ਦੇਖਦੇ ਹਨ। ਅਜੀਬ ਗੱਲ ਇਹ ਹੈ ਕਿ ਲੋਕ ਆਪਣੇ ਆਪ ਨੂੰ ਸੁਧਾਰਨ ਤੋਂ ਪਹਿਲਾਂ ਸਮਾਜ ਅਤੇ ਸੰਸਾਰ ਨੂੰ ਸੁਧਾਰਨ ਲੱਗ ਪੈਂਦੇ ਹਨ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਤੁਹਾਡਾ ਧੰਨਵਾਦ।
ਤੁਹਾਡਾ ਦਿਨ ਸ਼ੁਭ ਰਹੇ।